ਰਾਜਪੁਰ ਵਿੱਚ ਕੀਤੇ ਗਏ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਤਹਿਤ ਫਾਜ਼ਿਲਕਾ ਦੇ ਐਸਐਸਪੀ ਡਾਕਟਰ ਕੇਤਨ ਬਲੀਰਾਮ ਪਾਟਿਲ ਦਾ ਵੀ ਤਬਾਦਲਾ ਇੱਥੋਂ ਤੋਂ ਅੰਮ੍ਰਿਤਸਰ ਕਰ ਦਿੱਤਾ ਗਿਆ ਜਿਨ੍ਹਾਂ ਦੀ ਥਾਂ ਤੇ ਆਈਪੀਐਸ ਅਧਿਕਾਰੀ ਗੁਲਨੀਤ ਸਿੰਘ ਖੁਰਾਨਾ ਨੂੰ ਨਿਯੁਕਤ ਕੀਤਾ ਗਿਆ ਖੁਰਾਨਾ ਨੇ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਨੂੰ ਸੁਰੱਖਿਆ ਦੇਣਾ ਹੈ ਜਿਸ ਲਈ ਉਹਨਾਂ ਨੇ ਜਨਤਾ ਨੂੰ ਨਸ਼ਾ ਰੋਕਣ ਲਈ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਜ਼ਿਲ੍ਹਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ 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 ਸ਼ੁਭਕਾਮਨਾਵਾਂ ਹੈਗੀਆਂ ਨੇ ਤੇ ਮੇਰੇ ਵੱਲੋਂ ਇੱਕ ਉਹਨਾਂ ਨੂੰ ਮੈਸੇਜ ਹੈਗਾ ਕਿ ਮੈਨੂੰ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਸਾਹਿਬ ਸ਼੍ਰੀ ਸੁਰੇਸ਼ ਅਰੋੜਾ ਨੇ ਮੁਹਿੰਮ ਦੇ ਤਹਿਤ ਇੱਥੇ ਭੇਜਿਆ ਹੈਗਾ ਅਤੇ ਜਿਹੜੇ ਇੱਥੇ ਆਪਣੀ ਘਟਨਾਵਾਂ ਡਰੱਗਸ ਦੀਆਂ ਜਾਂ ਹੋਰ ਦੂਜੀਆਂ ਹੋ ਰਹੀਆਂ ਨੇ ਉਹਨਾਂ ਦੇ ਵਾਸਤੇ ਆਪਾਂ ਇੱਥੇ ਕਾਰਵਾਈ ਕਰਨੀ ਹੈਗੀ ਹੈ ਅਤੇ ਮੈਂ ਚਾਹੂੰਗਾ ਕਿ ਮੇਰੇ ਵੱਲੋਂ ਮੇਰੇ ਜਿਹੜੇ ਆਪਣੇ ਜ਼ਿਲ੍ਹਾ ਦੇ ਨਿਵਾਸੀ ਹੈਗੇ ਇਲਾਕਾ ਨਿਵਾਸੀ ਹੈਗੇ ਸਾਨੂੰ ਖੁੱਲ੍ਹ ਕਰਕੇ ਇਨਫੋਰਮੇਸ਼ਨ ਸ਼ੇਅਰ ਕਰਨ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ 'ਤੇ ਐਕਸ਼ਨ ਹੋਊਗਾ ਅਤੇ ਉਹਨਾਂ ਦੀ ਇਨਫੋਰਮੇਸ਼ਨ ਦੇ ਪਿੱਛੇ ਕੌਣ ਹੈਗਾ ਇਸ ਚੀਜ਼ ਨੂੰ ਪੂਰੀ ਤਰੀਕੇ ਤੋਂ ਕੌਨਫੀਡੈਂਸ਼ੀਅਲ ਰੱਖਿਆ ਜਾਏ ਅਤੇ ਮੈਂ ਚਾਹੂੰਗਾ ਕਿ ਦੇਖੋ ਪੁਲਿਸ ਕੰਮ ਤਾਂ ਹੀ ਕਰ ਸਕਦੀ ਹੈ ਜਦੋਂ ਪਬਲਿਕ ਉਹਨਾਂ ਦੇ ਨਾਲ ਹੋਵੇ ਅਤੇ ਪੁਲਿਸ ਅਤੇ ਪਬਲਿਕ ਦੀ ਰਿਲੇਸ਼ਨਸ਼ਿਪ ਵਧੀਆ ਹੋਵੇ ਆਪਾਂ ਉਹਦੇ ਵਾਸਤੇ CPRC ਦੀ ਮੀਟਿੰਗਸ ਵਗੈਰਾ ਵੀ ਕਰਾਂਗੇ ਹੋਰ ਵੀ ਦੂਜੀ ਮੀਟਿੰਗਸ ਕਰਾਂਗੇ ਪਬਲਿਕ ਮੀਟਿੰਗਸ ਕਰਾਂਗੇ ਜਿਹਦੇ ਨਾਲ ਵੱਧ ਤੋਂ ਵੱਧ ਸਹਿਯੋਗ ਆਪਾਂ ਪਬਲਿਕ ਦਾ ਪੁਲਿਸ ਦੇ ਮਹਿਕਮੇ ਵਾਸਤੇ ਅਤੇ ਲੋਕਾਂ ਦੀ ਭਲਾਈ ਵਾਸਤੇ ਕਰ ਸਕੀਏ ਸਰ ਇੱਕ ਸ਼ਹਿਰ ਵਿੱਚ ਬਹੁਤ ਸਮੱਸਿਆ ਆ ਰਹੀ ਹੈ ਪਿਛਲੇ ਕੁਛ ਵਪਾਰ ਮੰਡਲ ਜਾਂ ਕੁਛ ਮਹਿਕਮੇ ਦੀ ਕਰਕੇ ਵੀ ਸ਼ਹਿਰ ਫਾਲਵੇ ਵਿੱਚ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ ਟ੍ਰੈਫਿਕ ਮੈਂ ਸਵੇਰੇ ਜਦੋਂ ਆਇਆ ਮੈਨੂੰ ਵੀ ਦੇਖਿਆ ਕਿ ਹਾਂ ਇੱਥੇ ਕੁਝ ਇੱਕ ਕੰਮ ਕਰਨ ਜੋਗੇ ਹੈਗੇ ਨੇ ਟ੍ਰੈਫਿਕ ਦੇ ਵਾਸਤੇ ਬਾਕੀ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਮਤਲਬ ਵਪਾਰ ਮੰਡਲ ਵੱਲੋਂ ਜਾਂ ਦੂਜੇ ਇਸ ਬਾਰੇ ਮੈਨੂੰ ਹਜੇ ਨੌਲੇਜ ਨਹੀਂ ਹੈਗੀ ਹੈ ਮੈਂ ਹੁਣ ਹੌਲੀ ਹੌਲੀ ਸਾਰਿਆਂ ਦੀ ਮੀਟਿੰਗ ਕਰਨੀ ਹੈਗੀ ਹੈ ਟ੍ਰੈਫਿਕ ਦੇ ਬੰਦਿਆਂ ਦੀ ਵੀ ਮੀਟਿੰਗ ਕਰਨੀ ਹੈ SHOs ਦੀ ਵੀ ਕਰਨੀ ਹੈਗੀ ਹੈ ਮੈਂ ਉਹਦੇ ਵਿੱਚ ਉਹਨਾਂ ਦੇ ਕੋਲੋਂ ਇਨਪੁੱਟਸ ਵੀ ਲਊਂਗਾ ਅਤੇ ਆਪਣੇ ਵੱਲੋਂ ਸਜੈਸ਼ਨ ਦੇ ਕਰਕੇ ਵੱਧ ਤੋਂ ਵੱਧ ਆਪਾਂ ਸੋਚਾਂਗੇ ਕਿ ਇਸ ਚੀਜ਼ ਤੋਂ ਆਪਾਂ ਨਿਜਾਤ ਪਾ ਸਕੀਏ ਠੀਕ ਸਰ ਧੰਨਵਾਦ ਥੈਂਕ ਯੂ